ਦਿਓ ਪੈਨੋ ਆ ਕੇ ਮਸ਼ੀਰੀ ਨਾਲ ਆਸ ਆਸ ਗੱਲਾਂ ਕਰੀ ਜਾਂਦੀ ਆ ਤਾਂ ਮੈਂ ਪੁੱਛਦਾ ਮੇਰੇ ਸਲਕ ਨੂੰ हां बडली चरी भाई आपा तो नहीं बड़ी जंदी चरी चरी अंदर सनीर ला दे ओते मच्छर चित्र आ गया मेरे आप तो चकदा सैकल खेत नूं चला जांदा चकदा सैकल खेत नूं चला जांदा कहिंदा मेरी तां लैट आ गई भला मेरे कानू काम च फ्यूज उड़ाए आ आण दे अज करदी आ गल तैनूं तां मैं दसदी आ वी आपदा कोई बंदा बुंदा लभ लै मेरे तो नहीं आ रोज रोज हुंदा एक दा कंजरी ने गेट भी खुले छड रखा जे कोई सुनना डंगर आ पड़े इत्थे भी नाले 20 बारी कहा गया भी सोच और चक्के फिरदे हुंदे ने भी उहदा दुपहरे दुपहरे बाहर डाके रख्या कर कानू सुनदी हैगी ओ जस्सी आ गए तुसी ओए आत आ गया तैनूं 20 बारी कहा भी कुंडा ला के रख्या कर दुपहरे दुपहरे सौ ठग चोर फिरदे नेगे मैं तां कम कार करदी सी अंदर पता ही नहीं लग्या कम कार करदी थी पानी ल्यावां थोड़े वास्ते आहो ल्या दे कानू इनू भी यार कोई 20 बारी कहता भी भैन का जमाना तो देख ला कहा जाएगा ना जिद कोई लुट के लै गया सारा कुछ उदे झाकू भी आले दले छड के सी पै जाती आराम नाल भी भैन का ऐ तो नहीं लवाया है भी दुपहरे दुपहरे छड के पै जा करा माड़ा मोटा गौर कर लिया कर घरें कोई ना मैं तो हूँ ही गई थी अंदर हूँ ही गई थी मैंने पता तड़के का ही छड़ रखा काम करके उदो मैं एक गल करनी है थोड़े नाल बोल ਉਹਨਾਂ ਤਾਈ ਪੰਨੋ ਆਈ ਸੀ ਅੱਛਾ ਉਹ ਕਹਿੰਦੀ ਆਪਣੇ ਨਾਲ ਵਾਲੇ ਪਿੰਡ 'ਚ ਨਾ ਕੋਈ ਬਾਬਾ ਆਇਆ ਕਹਿੰਦੀ ਤੁਸੀਂ ਦੋਏ ਜੀ ਜਾ ਕੇ ਮੜ ਜੀ ਗੱਲ ਕਰ ਲਓ ਉੱਥੇ ਬਾਬੇ ਨੂੰ ਮਿਲਿਆਓ ਕਿੱਥੇ ਸੁੱਖਾਂ ਬਾਰ ਆਂਦੀਆਂ ਆਪਾਂ ਨੇ ਕਿਹੜੀ ਸੁੱਖ ਬਾਰ ਕਰਾਉਣੀ ਹੈਗੀ ਕਹਿੰਦੇ ਵੀ ਤੁਹਾਡੇ ਕੋਈ ਨਿੱਕਾ ਨਿਆਣਾ ਹੋ ਜਾਊਗਾ ਓਏ ਨਿੱਕਾ ਨਿਆਣਾ ਉਹਨੇ ਦੇਣਾਗਾ ਆਪ ਹੀ ਹੋ ਜਾਊਗਾ ਆ ਨਾਲੇ ਮੈਨੂੰ ਨਹੀਂ ਆ ਪਖੰਡੀ ਬਾਬੇ ਨੇ ਯਕੀਨ ਹੈਗਾ ਇੱਕ ਤੋਂ ਆ ਤਾਈ ਪੰਨੂ ਹੀ ਸਲਾਹਾਂ ਲੈ ਕੇ ਆਂਦੇ ਰੋਜ਼ ਮੈਨੂੰ ਮਿਲ ਲੈਂਦੇ ਉਹਨੂੰ ਮੈਂ ਪੁੱਛੂੰਗਾ ਵੀ ਤੂੰ ਸਾਡੇ ਘਰੇ ਜਿਹੇ ਜਿਹੇ ਸਲਾਹ ਲੁੱਤੀਆਂ ਲਾਉਣੀਆਂ ਸਾਡੇ ਘਰੇ ਜਾਣ ਦੀ ਲੋੜ ਨਹੀਂਗੀ ਲੈ ਉਹਦਾ ਭਲਾ ਕੀ ਕਸੂਰ ਆ ਜੇ ਆਪਣਾ ਭਲਾ ਸੋਚਦੀ ਹੈ ਤਾਂ ਹੀ ਕਿਹਾ ਅਗਲੀ ਨੇ ਨਹੀਂ ਉਹਨੇ ਕੀ ਲੈਣਾ ਕਿਸੇ ਤੋਂ ਓਏ ਮੈਂ ਜਾਣਦਾ ਕਿਹੜਾ ਭਲਾ ਸੋਚਦੀ ਆ ਨਾਲੇ ਮੈਨੂੰ ਪੂਰਾ ਯਕੀਨ ਨਹੀਂ ਆ ਬਾਬੇ ਬੂਬੇ ਦੇ ਠੀਕ ਆ ਮੇਰੇ ਲਵੇ ਤਾਂ ਗੱਲ ਕਰੇ ਨਾ ਕਰ ਜੇ ਇੱਕ ਵਾਰੀ ਜਾਇਆ ਕੋਈ ਹਰ ਜਾ ਮੈਂ ਨਹੀਂ ਜਾਂਦਾ ਹੈਗਾ ਕਿਸੇ ਲਵੇ ਮੇਰੇ ਸਾਲਾਂ ਦੇ ਮੰਦਾ ਪੂਰ ਪੂਰਾ ਯਕੀਨ ਨਹੀਂਗਾ ਲੁੱਟ ਲੁੱਟ ਖਾ ਜਾਂਦੇ ਨੇ ਇਹ ਚੱਲ ਅੱਛਾ ਮੇਰੀ ਗੱਲ ਸੁਣ ਨਾਲੇ ਹਾਂ ਆ ਕੋਈ ਬੰਦਾ ਬੁੰਦਾ ਲੱਭ ਲਾ ਮੈਂ ਸਾਰਾ ਦਿਨ ਡੰਗਰਾਂ ਨਾਲ ਡੰਗਰ ਹੋਈ ਫਿਰੀ ਜਾਨੀ ਆ ਬਈ ਮੇਰੇ ਤਾਂ ਹੱਥ ਖੜੇ ਨੇ ਹੁਣ ਮੇਰੇ ਤੋਂ ਨਹੀਂ ਅੱਖ ਖੰਡੇ ਦਾ ਹੁੰਦਾ ਇੰਨਾ ਓਏ ਬੰਦੇ ਕਿਹੜਾ ਸਸਤੇ ਮਿਲਦੇ ਨੇ ਤੂੰ ਕਰ ਲਿਆ ਕਰ ਮੇਰੀ ਤਾਂ ਆਪ ਦੀ ਜਾਨ ਔਖੀ ਨਹੀਂ ਮੈਂ ਕਰ ਲਿਆ ਕਰਦਾ ਡੰਗਰ ਪੁੱਛਦਾ ਮੈਂ ਤਾਂ ਆਪ ਖੇਤ ਔਖਾ ਉਹਨਾਂ ਤੱਕ ਲੈ ਜਾਣਾ ਹੋਰ ਮੈਨੂੰ ਕੱਖ ਪਾਉਂਦੀ ਨੂੰ ਦੇਖ ਕੇ ਤਾਈ ਭਾਨੋ ਕਹਿੰਦੀ ਤੂੰ ਕੋਈ ਬੰਦਾ ਬੁੰਦਾ ਕਹਿ ਦੇ ਉਸ ਨੂੰ ਲੱਭ ਲੂਗਾ ਤਾਈ ਭਾਨੋ ਦਾ ਉਹਨੇ ਕੋਈ ਚੱਜ ਦੀ ਸਲਾਹ ਦਿੱਤੀ ਅੱਜ ਤੱਕ ਕੋਈ ਜਿੰਨੀਆਂ ਸਲਾਹਾਂ ਦਿੱਤੀ ਨੇ ਪੁੱਠੀਆਂ ਦਿੱਤੀਆਂ ਨੇਗੀਆਂ ਅਗਲੀ ਤਾਂ ਭਲਾ ਹੀ ਸੋਚਦੀ ਆ ਮੈਂ ਸਾਰਾ ਦਿਨ ਮਰੀ ਜਾਂਦੀ ਆ ਮੇਰਾ ਹਾਲ ਦੇਖੇ ਕੀ ਹੋਇਆ ਮੈਂ ਡੰਗਰਾਂ ਨਾਲ ਉਹ ਫਿਰ ਮੈਂ ਵੀ ਤਾਂ ਖੇਤ 'ਚ ਔਖਾ ਹੁੰਨਾ ਹੁਣ ਫਿਰ ਤਾਂ ਹੀ ਤਾਂ ਕਹਿ ਰਹੀ ਆ ਮਾੜਾ ਮੋਟਾ ਸੁੱਖ ਮੈਨੂੰ ਹੋ ਜਾਏਗਾ ਘਰੇ ਡੰਗਰਾਂ ਨੂੰ ਕੱਖ ਪਾ ਦੂ ਮਾੜਾ ਮੋਟਾ ਸੁੱਖ ਤੈਨੂੰ ਹੋ ਜਾਊਗਾ ਤੇਰੇ ਨਾਲ ਮਾੜਾ ਮੋਟਾ ਹੱਥ ਬਟਾ ਦੂ ਕੋਈ ਬੰਦਾ ਲੱਭ ਲਾ ਕੁੱਤੇ ਦੀ ਮੌਤ ਮਰੀ ਜਾਂਦੇ ਆ ਚੱਲ ਮੈਂ ਦੇਖਦਾਗਾ ਕਰਦਾ ਗੱਲ ਜੇ ਕੋਈ ਮਿਲੂਗਾ ਬੰਦਾ ਕਿਹੜਾ ਮਿਲਦਾ ਅੱਜ ਕੱਲ ਕੋਸ਼ਿਸ਼ ਤਾਂ ਕਰਕੇ ਦੇਖ ਚੱਲ ਮੈਂ ਜਾ ਕੇ ਆਉਣਾ ਪਿੰਡ 'ਚ ਉੱਥੇ ਉਹ ਕੌਣ ਦੇਗਾ ਕਾਲਾ ਕਹਿੰਦੀ ਕਹਿੰਦਾ ਜੇ ਚੱਲ ਉਹਦੇ ਲਈ ਜਾ ਕੇ ਆਉਣਾਗਾ ਭਾਵੇਂ ਤਾਂ ਦੋ ਤਿੰਨ ਬੰਦਿਆਂ ਲਵੇ ਜਾਏ ਕੋਈ ਨਹੀਂ ਹਾਂ ਕਰਦਾ ਹੁਣ ਟਾਈਮ 'ਤੇ ਕਿਹੜਾ ਬੰਦਾ ਮਿਲਦਾ ਆਹੋ ਨਾ ਤੁਰੇ ਕਬੀਲੜ ਜੇ ਇਹਨੂੰ ਬੋਲੀ ਉਹ ਕੀ ਹਾਲ ਨੇ ਉਹ ਠੀਕ ਆ ਜਾ ਤਾਂ ਠੀਕ ਆ ਤੂੰ ਵਧੀਆ ਉਹ ਕੀ ਕਰਦਾ ਹੁਣ ਅੱਜ ਕੱਲ ਕੁਛ ਨਹੀਂ ਮੈਂ ਤਾਂ ਬਸ ਕੰਮ ਧੰਦੇ ਜੀ ਹੁੰਦੇ ਨੇ ਥੋੜੇ ਬੋਤੇ ਅੱਛਾ ਮੈਂ ਤਾਂ ਤੈਨੂੰ ਐਂ ਕਹਿੰਦੀਗਾ ਮਹਾ ਆਪਣੇ ਰਲ ਜਾ ਸੀਰੀ ਤੋਂ ਕੰਮ ਕੁੰਮ ਜਾਉਂਦਾ ਯਾਰ ਉਹ ਨਾ ਨਾ ਚਾਚਾ ਇਹ ਤਾਂ ਬਹੁਤ ਔਖਾ ਕੰਮ ਹੈ ਇਹ ਨਹੀਂ ਹੁੰਦਾ ਹੈਗਾ ਓਏ ਉਂ ਵੀ ਬੇਲੇ ਹੀ ਫਿਰਦਾਗਾ ਔਖੇ ਨੂੰ ਦੱਸ ਕੀ ਹੁੰਦਾ ਕੰਜ ਦਾ ਕਿਉਂ ਫਿਰਦਾ ਬੇਲਾ ਕੱਲ ਦਾ ਸਰਪੰਚ ਆ ਕੇ ਗਏ ਨੇਗੇ ਨੰਬਰਦਾਰ ਆ ਕੇ ਗਏ ਨੇਗੇ ਤੇ ਸਾਡੇ ਨਾਲ ਰਲ ਜਾ ਇਹਨੇ ਬੰਦਾ ਦਾ ਭਾੜਾ ਨਹੀਂ ਹੁੰਦਾ ਅੱਜ ਲੈ ਨਹੀਂ ਜਿਹੜਾ ਕੁਝ ਲੈਣਾ ਹੋਊਗਾ ਆਪਣੇ ਦਾ ਤਾਂ ਟਾਈਮ ਨਹੀਂ ਹੈਗਾ ਬਈ ਮੇਰਾ ਸਾਲਾ ਉਂ ਫੁਕਰੀਆਂ ਮਰ ਜਾਂਦਾਗਾ ਓਏ ਮੈਂ ਤਾਂ ਇਹ ਕਹਿਣਾ ਤੈਨੂੰ ਕੋਈ ਚੱਕਰ ਨਹੀਂ ਪੈਸਿਆਂ ਪੁੱਛਾਂਦਾ ਜਿੰਨੇ ਕਹੇਗਾ ਆਪਾਂ ਦੇ ਦਾਂਗੇ ਉਹ ਨਹੀਂ ਯਾਰ ਔਖਾ ਜਾਗਾ ਮੈਂ ਤੈਨੂੰ ਦੱਸ ਰਿਹਾ ਓਏ ਔਖੇ ਨੂੰ ਕੀ ਹੈਗਾ ਬਿਨ ਬਿਆਜੂ ਲੈ ਲਈ ਥੋੜੇ ਬਹੁਤੇ ਜਿਹੜੇ ਲੈਣੇ ਹੋਣਗੇ ਚੱਲ ਕੋਈ ਹੋਰ ਕੋਈ ਸ਼ਰਤ ਪੱਤਰਾ ਤੇ ਰਹੋ ਦੱਸ ਦੇ ਕੋਈ ਭਾਈ ਸ਼ਰਤ ਤਾਂ ਫਿਰ
ਖਾਣ ਪੀਣ ਨੂੰ ਤਾਂ ਦੇਈ ਕਰੇਗਾ ਸਮਾਨ ਸੁਪਾ। ਖਾਣ ਪੀਣ ਨੂੰ ਤੈਨੂੰ ਭਾਈ ਤਾਜ਼ੀ ਰੋਟੀ ਮਿਲਿਆ ਕਰ, ਹੋਰ ਦੱਸ ਕੀ ਚਾਹੀਦਾ ਤੈਨੂੰ? ਉਹ ਰੋਟੀ ਤਾਂ ਮੈਂ ਹੁਣ ਵੀ ਖਾਣਾ, ਮਾਲ ਪੱਤਾ ਮਾੜਾ ਮੋਟਾ ਕੋਈ ਭੁੱਖੀ ਭਾਕੀ ਤੜਕੇ ਹੱਥਨੇ ਪਊਆ ਛੂਆ। ਚੱਲ ਦੇ ਦਿਆ ਕਰੂੰਗਾ ਤੈਨੂੰ, ਦੇਖ ਲੈ ਫਿਰ ਮੁੱਕਰੀ ਨਾ ਮਗਰੋਂ। ਓਹੋ ਕਹਿੰਦੇ ਜਵਾਨਾਂ ਦੀ ਸੌਦੇ ਹੁੰਦੇ ਨੇ, ਜੋ ਜਵਾਨ ਹੀ ਹੋਊਗੀ ਤੈਨੂੰ। ਚੱਲ ਬਾਕੀ ਮੈਂ ਤੈਨੂੰ ਸਲਾਹ ਕਰਕੇ ਦੱਸ ਦਾਂਗਾ ਫਿਰ। ਚੱਲ ਤੂੰ ਐਂ ਕਰੀ ਘਰੇ ਆ ਜੀ ਆਪਣੇ। ਹਾਂ ਕੋਈ ਨਹੀਂ ਮੈਂ ਆ ਜੂ ਹੱਥ ਤੜਕੇ। ਹਾਂ ਚੰਗਾ ਆ ਜੀ ਪੱਕਾ ਲਾਜ਼ਮੀ। ਕੋਈ ਨਹੀਂ ਕੋਈ ਨਹੀਂ। ਹਾਂ ਠੀਕ ਆ। ਮੇਰਾ ਸਾਲ ਇੱਕ ਤਾਂ ਉਈ ਚੰਬਲ ਰਿਹਾ ਗੱਲ ਹੈ, ਨਸ਼ਾ ਪੱਤਾ ਕਿ ਪੈਸੇ ਅੱਡ, ਨਸ਼ਾ ਪੱਤਾ ਅੱਡ, ਵੀ ਨਸ਼ੇ ਪੱਤੇ ਨੂੰ ਤੈਨੂੰ ਦੱਸ ਕਿੱਥੋਂ ਦੇ ਦੀਏ। ਚੱਲ ਕੋਈ ਨਾ, ਮੱਥਾ ਤਾਂ ਡੁੱਬਣਾ ਹੀ ਪਊਗਾ। ਇੱਕ ਤਾਂ ਮੇਰੇ ਸਾਲ ਦੀ 2 ਮਿੰਟ ਦਾ ਬਸਾ ਨਹੀਂ ਖਾਂਦੀ, ਉਹਦੀ ਜਾ ਕੇ ਪੈ ਜਾਂਦੀ ਆ। ਉਹ ਕਿੱਧਰ ਭਾਗੀ? ਉਹ ਆ ਜਾ ਮਾੜਾ ਮੋਟਾ ਬਾਹਰੇ ਵੀ ਦੇਖ ਲਿਆ ਕਰ। ਮਿਲ ਗਿਆ ਕੋਈ ਬੰਦਾ ਬੁੰਦਾ? ਓਏ ਬੰਦਾ ਕਿਹੜਾ ਸੌਖਾ ਮਿਲਦਾ, 10 ਬੰਦਿਆਂ ਕੋਲ ਗਿਆ ਤਾਂ ਜਾ ਕੇ ਇੱਕ ਬੰਦਾ ਮਿਲਿਆਗਾ। ਸ਼ੁਕਰ ਆ ਮਿਲ ਤਾਂ ਗਿਆ। ਓਏ ਬਾਲਾ ਸ਼ੁਕਰ ਸ਼ਾਕਰ ਕਰਨ ਵਾਲੀ ਗੱਲ ਵੀ ਨਹੀਂ ਹੈਗੀ, ਉਹਦਾ ਬੰਦਾ ਤਾਂ ਇੱਕ ਵਾਰ ਟੁੱਟਿਆ ਭੱਜਿਆ ਬੰਦਾ ਮਿਲਿਆ, 9 ਦਾ ਬੰਦਾ ਤਾਂ ਉਹਦਾ ਡਾਂਗੇ ਸਾਰੂਗਾ। ਚੱਲ ਕੰਮ ਤਾਂ ਸਾਰੂਗਾ, ਮਾੜਾ ਮੋਟਾ ਹੱਥ ਵਟਾ ਦੂਗਾ, ਉਹੀ ਬਹੁਤ ਹੈ। ਓਏ ਆਹੋ ਚੱਲ ਜਿਹੜਾ ਕਰੂਗਾ ਉਹੀ ਸਹੀ ਆ। ਠੀਕ ਆ, ਹੋਰ ਸਹਾਰਾ ਤਾਂ ਹੋਜੂ। ਮੇਰੀ ਗੱਲ ਸੁਣਾ, ਮੈਂ ਤਾਂ ਜਾ ਕੇ ਨਾ ਘਰਾੜ 'ਤੇ ਉਹ ਝੋਟੀ ਵਾਸਤੇ ਡਾਕਟਰ ਨੇ ਗੋਲੀਆਂ ਲਿਖੇ ਨੇ ਮੈਂ ਉਹ ਲੈ ਕੇ ਆਉਣਾਗਾ। ਲਿਆਓ। ਹਾਂ ਤੇ ਇੱਕੋ ਆਪਣੇ ਪਿੰਡ ਦਾ ਬੀਮੇ 'ਚ ਵਾਲਾ ਖੜੇ ਪੈ ਰਹੇ ਤੀ ਮੇਰੇ, ਕਹਿੰਦਾ ਮੈਂ ਤੂੰ ਬੀਮਾ ਕਰਾ ਲਓ। ਮਹਾਂ ਚੱਲ ਤੂੰ ਆ ਜਾਈ ਘਰੇ ਭਾਈ, ਭਰ ਦਾਂਗੇ। ਅਤੇ ਜੇ ਉਹ ਆ ਗਿਆ ਮੇਰੇ ਮਾਂਗਰੋਂ, ਉਹਨੂੰ ਬਠਿਆਲੀ ਚਾਹ ਪਾਣੀ ਪੈ ਦਿਓ ਉਰੇ। ਠੀਕ ਆ। ਹਾਂ ਮਹਾਂ ਕਿਤੇ ਮੋੜ ਦੇ ਕਿਤੇ ਕਹਿੰਦੇ ਅਸੀਂ ਨਹੀਂ ਕਰਾਉਣਾ ਹੈਗਾ। ਨਾ ਨਾ ਕੋਈ ਨਾ, ਬਾਕੀ ਗੱਲ ਤਾਂ ਆਪ ਹੀ ਕਰ ਲਓ। ਮੈਂ ਤਾਂ 10 ਕੁ ਮਿੰਟ 'ਚ ਮੁੜਿਆ ਹੁੰਦਾ, ਮਹਾਂ ਜੇ ਮਾਂਗਰੋਂ ਆ ਗਿਆ ਤਾਂ ਬਠਿਆਲੀ ਉਹਨੂੰ ਮੈਂ ਤੈਨੂੰ ਤਾਂ ਦੱਸ ਕੇ ਗਿਆ ਕਿਤੇ ਮੋੜ ਦੇ। ਛੇਤੀ ਆ ਜਿਓ, ਮੜ ਜਾ। ਉਹ ਛੇਤੀ ਆ ਜੂ, ਮੈਂ ਕਿ ਉੱਥੇ 10 ਮਹੀਨਾ ਲਾਊਂਗਾ। ਕੀ ਹਾਲ ਆ ਬਾਈ ਜੀ? ਉਹ ਵਧੀਆ ਗੁਰੀ ਵਧੀਆ, ਤੂੰ ਦੱਸ, ਤੂੰ ਘਰੇ ਨਹੀਂ ਗਿਆ ਹੈਗਾ? ਨਾ ਮੈਂ ਘਰੇ ਨਹੀਂ ਗਿਆ ਹੈਗਾ। ਮੈਂ ਤਾਂ ਜਵਾਕਾਂ ਨੂੰ ਕਹਿ ਕੇ ਆਇਆ ਤੀ, ਮੈਂ ਉਹ ਬੀਮੇ ਵਾਲਾ ਮੁੰਡਾ, ਮਹਾਂ ਮੈਂ ਮਾੜਾ ਜਾਇਆ ਵਾਂ ਦਵਾਈ ਲੈਣ ਕੇ ਦੀ, ਮੈਂ ਇਸ ਦੀ। ਨਾ ਨਾ ਮੈਂ ਘਰੇ ਨਹੀਂ ਗਿਆ ਹੈਗਾ, ਮੈਂ ਉਰੇ ਆਪਣੇ ਜੀਤੇ ਵਾਲੇ ਦਾ ਫਾਰਮ ਭਰਨਾ ਸੀਗਾ। ਅੱਛਾ, ਉਹਦੀ ਬਣਾਉਣੀ ਸੀ ਪਾਲਿਸੀ ਜੀ। ਅੱਛਾ ਅੱਛਾ, ਉਹ ਸਕੀਮ ਜੀ ਆ ਰਹੀ ਤੀ ਇੱਕ। ਅੱਛਾ, ਉਹ ਮਹਾਂ ਯਾਰ ਐਂ ਨਹੀਂ ਪਤਾ ਉਹਦੀ ਤਰੀਕ ਜੀ ਟੱਪ ਜੇ, ਮਹਾਂ ਖੇਤ ਜਾ ਕੇ ਭਰਿਆ ਹੁੰਦਾ ਤਾਂ ਮੈਂ। ਚੱਲ ਵਧੀਆ ਵਧੀਆ, ਉਹ ਮੈਂ ਵੀ ਦਵਾਈ ਲੈਣ ਗਈ ਤੀ, ਮੈਂ ਇਹਦੀ ਮਾਂ ਚਲਾ ਮੀਂਹ ਜਿਹਾ ਪੈ ਰਿਹਾ, ਮੈਂ ਖੇਤ ਆਟੋਮੈਟਿਕ ਬੰਦ ਕਰਿਆ, ਮੈਂ ਖੇਤ ਆ ਗਿਆ। ਅੱਛਾ ਹਾਂ, ਫਿਰ ਹੁਣ ਆਪਾਂ ਫਾਰਮ ਕਿੱਥੇ ਭਰਨਾ ਬੋਲ? ਚੱਲ ਆਪਾਂ ਘਰੇ ਚੱਲਦੇ ਫਿਰ ਭਾ। ਉਹ ਘਰੇ ਕੀ ਕਰਾਂਗੇ, ਇਹ ਸਕੀਮ ਜੀ ਆ ਰਹੀ ਹੈ ਇੱਕ, ਬਹੁਤ ਵਧੀਆ ਸਕੀਮ ਹੈ, ਤਾਂ ਐਂ ਨਹੀਂ ਪਤਾ ਕਦੋਂ ਇਹਦੀ ਡੇਟ ਜੀ ਟੱਪ ਜੇ, ਆਪਾਂ ਉਹਦੀ ਖੇਤ ਬੈ ਕੇ ਭਰ ਲੈਣੇ ਫਾਰਮ। ਚੱਲ ਫਿਰ ਉਹ ਕੋਠੇ ਕਹਿੰਦੇ ਮੋੜ ਲਓ, ਉੱਧਰ ਵਗ ਚੱਲਦੇ ਉੱਥੇ ਉੱਥੇ ਬੈ ਕੇ ਭਰ ਲੈਣਾ। ਫਿਰ ਐ ਕਰੀ, ਪੈਸੇ ਹੱਥ ਨਾਲ ਲੈ ਜੀ ਘਰੋਂ। ਉਹ ਪੈਸੇ ਦਾ ਕੋਈ ਨਾ ਲੈ ਜੀ ਮੈਂ। ਹਾਂ ਤਾਂ ਸਾਡਾ ਬੀਮੇ ਵਾਲਾ ਦਾ ਮੋਟਰਸਾਈਕਲ ਚੱਲਦਾ ਜਾ ਰਿਹਾ। ਇਹ ਪੈ ਦਾ ਕੰਪਨੀ ਵਾਲਿਆਂ ਨੂੰ ਕਿਹਾ ਕਰੋ ਮੇਰੇ ਹਾਲੇ ਨੂੰ। ਉਹ ਕੰਪਨੀ ਕੁੰਪਣੀ ਦਾ ਅਸੀਂ ਨਿਕਲ ਜਾਂਦੀਆਂ ਹੈਗੀਆਂ, ਇਹਦਾ ਸਾਨੂੰ ਕੁਛ ਨਹੀਂ ਦਿੰਦੇ ਖਰਚਾ ਪਾਣੀ, ਇਹਦਾ ਆਪੇ ਕਰਨਾ ਪੈਂਦਾ ਸਾਨੂੰ। ਹੁਣ ਤਸੱਲੀ ਮਚਾਰ ਕੀ ਦੀ, ਛੇਤੀ ਆ ਜੀ ਛੇਤੀ ਆ ਜੀ, ਦੱਸ ਰਹੇ ਕੀ ਆ, ਕੋਈ ਕੰਮ ਨਹੀਂ ਧੰਦਾ ਨਹੀਂ ਹੈਗਾ, ਨਾ ਦੀਦਾ ਕਿਸੇ ਪਾਸੇ, ਕਿੱਧਰ ਭੱਗ ਗਿਆ? ਚਲ ਉਹਨੂੰ ਛੱਡ। ਭਾਬੀ ਜੀ, ਅਰੇ ਉਹ ਭਾਬੀ ਜੀ, ਭਾਬੀ ਜੀ। ਹਾਂ ਕੌਣ ਆ? ਕਹਿੰਦਾ ਤੇ ਕੰਪਨੀ ਤੋਂ ਕੋਈ ਬੀਮਾ ਕਰਨ ਆਊਗਾ, ਪਰ ਬੀਮੇ ਵਾਲਾ ਇਹ ਲੱਗਦਾ ਤਾਂ ਹੈ ਨਹੀਂ। ਚੱਲ ਕੀ ਪਤਾ ਕੰਪਨੀ ਨੂੰ ਵੀ ਹੁਣ ਬੰਦੇ ਮਿਲਦੇ ਹੀ ਨਹੀਂ ਹੋਣੇ, ਇਹੋ ਜਿਹੀ ਭਰਤੀ ਕਰ ਲਏ ਜੋ ਸਾਨੂੰ ਸਿਰੀ ਨਹੀਂ ਲੱਭਦਾ, ਉਹਨੂੰ ਬੰਦੇ ਕਿੱਥੋਂ ਲੱਭ ਜਾਣਗੇ, ਪੁੱਛਦੀ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ, ਆਓ ਬੈਠੋ ਸਰ। ਤੁਸੀਂ ਠੰਡਾ ਪੀਓਗੇ ਕਿ ਚਾਹ ਪੀਓਗੇ? ਠੰਡਾ ਲਿਆ ਜੀ ਠੰਡਾ। ਹਾਂ ਬੈਠੋ, ਮੈਂ ਲੈ ਕੇ ਆਈ। ਕਮਾਲ ਦੀ ਗੱਲ ਹੈ ਯਾਰ, ਇਹ ਤਾਂ ਇੱਜ਼ਤ ਬਹੁਤ ਮਿਲਦੀ ਹੈ, ਜਿੱਥੇ ਮੈਂ ਪਹਿਲਾਂ ਦੀ ਉੱਥੇ ਸਾਰੀਆਂ ਜੁੱਤੀਆਂ ਪੈਂਦੀਆਂ, ਘਰ ਵਾਲੀ ਇੰਨੀ ਸੋਹਣੀ ਆ, ਉੱਤੋਂ ਇੱਜ਼ਤ ਇੰਨੀ ਕਰਦੀ ਵਾਲਾ ਸਰ ਕਹਿ ਕੇ, ਮੇਰੇ ਵਰਗੇ ਨੂੰ ਸਰ ਹੈ ਕਿਹੜੇ ਪਾਸੇ, ਤੈਨੂੰ ਦੱਸ ਸਰ ਲੱਗਦਾ ਮੈਂ ਤਾਂ ਮੇਰੇ ਤੋਂ ਲੈ ਲਿਆ ਕਰਨਾ 5-7 ਹਜ਼ਾਰ ਇਹ ਦੇਣ ਦੀ ਬਜਾਏ। ਆ ਗਿਆ ਜੀ, ਇਹ ਲਓ ਸਰ। ਕੋਕਾ ਕੋਲਾ ਨਹੀਂ ਤੀ ਜੀ, ਕਲਾ ਜਾ। ਓ ਨੋ ਸਰ, ਉਹ ਤਾਂ ਖਤਮ ਹੋ ਗਿਆ, ਇਹ ਡਿਊ ਸੀਗਾ ਇਸ ਟਾਈਮ ਤਾਂ। ਚਲੋ ਕੋਈ ਗੱਲ ਨਹੀਂ, ਇਹੀ ਸਹੀ। ਚਾਹ ਵੀ ਪੀਓਗੇ? ਚਾਹ ਜੀ ਚਾਹ ਪੀ ਲਾਂਗੇ, ਬਣਾ ਲਓ। ਠੀਕ ਹੈ, ਤੁਸੀਂ ਠੰਡਾ ਪੀਓ, ਇਹਨੇ ਮੈਂ ਚਾਹ ਲੈ ਕੇ ਆਈ। ਨਾਲੇ ਠੰਡਾ ਪੀਤਾ ਨਹੀਂ, ਨਾਲ ਦੀ ਨਾਲ ਚਾਹ, ਤਾਂ ਮੈਨੂੰ ਲੱਗਦਾ ਪਰੌਂਠੇ ਵੀ ਖਵਾਊਗੀ ਅੱਜ, ਨਜ਼ਾਰਾ ਆਊ ਭੈਣ, ਕਿੱਥੇ ਰਫਰੀ ਜਾਂਦੇ ਦੀ ਨੇਰੇ ਜੂਈ ਆਪਾਂ ਮੂੰਹ ਚੱਕੀ। ਆ ਕੇ ਮਸ਼ੀਨ ਨਾਲ ਆਹ ਕਿੱਥੇ ਗੱਲਾਂ ਕਰੀ ਜਾਂਦੀਆਂ, ਮੈਂ ਪੁੱਛਦਾ ਮੇਰੇ ਸੜਕ ਨੂੰ। ਹੈਲੋ, ਓਏ ਤੂੰ ਰੇ ਖੜੀ ਕੀ ਕਰੀ ਜਾਂਦੀ ਹੈਗੀ?
ਮੈਂ ਤਾਂ ਸਰ ਨੂੰ ਕੋਲਡ ਡਰਿੰਕ ਪਿਆਰੀ ਸੀ ਸਰ ਓਏ ਤੈਨੂੰ ਆ ਕਿਹੜੇ ਪਾਸੋਂ ਸਰ ਲੱਗਦਾ ਕਿਹੜਾ ਸਰ ਇਹ ਤੁਸੀਂ ਆਪ ਹੀ ਤਾਂ ਕਿਹਾ ਸੀ ਕਿ ਬੀਮਾ ਕਰਨ ਵਾਲਿਆਂ ਨੇ ਆਉਣਾ ਓਏ ਤੇਰੇ ਚ ਦਿਮਾਗ ਦਮੂਗ ਹੈਗਾ ਮਾੜਾ ਮੋਟਾ ਕਿ ਨਾ ਤੈਨੂੰ ਨਾ ਤੈਨੂੰ ਸ਼ਕਲ ਤੋਂ ਤੈਨੂੰ ਬੀਮਾ ਕਰਨ ਵਾਲਾ ਲੱਗਦਾ ਇਹ ਓਏ ਇਹ ਤਾਂ ਸੀਰੀ ਆਪਣਾ ਜਿਹਨੂੰ ਮੈਂ ਪੁੱਛ ਗਿਆ ਆ ਬੂ ਮੈਂ ਮਰ ਗਈ ਮੈਂ ਦੱਸ ਨਹੀਂ ਸਕਦਾ ਮੈਂ ਸੀਰੀ ਆ ਓ ਲਓ ਜੀ ਤੁਸੀਂ ਦੱਸਣ ਦਾ ਮੌਕਾ ਹੀ ਨਹੀਂ ਦਿੱਤਾ ਤੁਸੀਂ ਤਾਂ ਇੰਨੀ ਸੇਵਾ ਕੀਤੀ ਮੇਰੀ ਮੈਂ ਤਾਂ ਤੁਸੀਂ ਚੰਗੀ ਬਹੁਤ ਹੋ ਚੁੱਪ ਕਰਕੇ ਕੋਲਡ ਡਰਿੰਕ ਪੀ ਜਾ ਰਿਹਾ ਦੇਖ ਦੇ ਇਹ ਤਾਂ ਆਏ ਗਏ ਵਾਸਤੇ ਆ ਸੀਰੀਆ ਵਾਸਤੇ ਆ ਉਹ ਮਾੜਾ ਮੋਟਾ ਕੋਈ ਉਹਦਾ ਦਿਮਾਗ ਵਰਤ ਲਿਆ ਕਰ ਉਹ ਮੂੰਹ ਫਿਰ ਦੇਖ ਲਿਆ ਕਰ ਵੀ ਤੈਨੂੰ ਕੰਪਨੀ ਵਾਲਾ ਲੱਗਦਾ ਉਹ ਬਹਿ ਗਿਆ ਕੁਰਸੀ ਤੇ ਚੱਲ ਉੱਠ ਇੱਥੋਂ ਉਰੇ ਜਾ ਮੈਂ ਚੱਲ ਕਰ ਤੂੰ ਤਾਂ ਦੱਸ ਦਿੰਦਾ ਕੰਜ ਦਾ ਵੀ ਮੈਂ ਤਾਂ ਵੀ ਸੀਰੀਆ ਲੱਗਦਾ ਮੈਨੂੰ ਮੌਕਾ ਹੀ ਨਹੀਂ ਦਿੱਤਾ ਚਾਚਾ ਮੌਕਾ ਨਹੀਂ ਦਿੱਤਾ ਨਾਲੇ ਹੋਰ ਓਏ ਆ ਜਾ ਜਾ ਤੁਰੇ ਆ ਓਏ ਆ ਗਿਆ ਤਾਂ ਤੇ ਚੱਕੜ ਦਾ ਦੇਖ ਲੈ ਕਿੰਨਾ ਹੈ ਓਏ ਚੱਕੜ ਨੂੰ ਤੂੰ ਛੱਡ ਮੇਰੇ ਸਾਲਾ ਤੂੰ ਮੈਨੂੰ ਐਂ ਦੱਸ ਤੇਰੀ ਚਾਚੀ ਨੂੰ ਤੂੰ ਕਹਿ ਨਹੀਂ ਸਕਦਾ ਸੀਗਾ ਵੀ ਭਾਈ ਮੈਂ ਤਾਂ ਥੋੜਾ ਸੀਰੀ ਆਗਾ ਓ ਲੈ ਉਹ ਵਿਚਾਰੀ ਮੈਨੂੰ ਪਿਆਰ ਨਾਲ ਠੰਡਾ ਠੰਡਾ ਪਿਆਰੀ ਦੀ ਕੀ ਦੱਸ ਫੇਰ ਕੀ ਹੋ ਗਿਆ ਜੇ ਪੀ ਲਿਆ ਉਹ ਪਿਆਰ ਨਾਲ ਕਾਹਨੂੰ ਪਿਆਰੀ ਦੀ ਠੰਡਾ ਤੈਨੂੰ ਬਹਿ ਜਾ ਉਰੇ ਨਾਲੇ ਖੁੱਲੇ ਛੱਡ ਰੱਖਿਆ ਤੇ ਉਹ ਕੋਈ ਨਾ ਉਰੇ ਕਿਹੜਾ ਚੋਰ ਪੈਂਦੇ ਨੇ ਓਏ ਨਾਲੇ ਤੇਰੀ ਚਾਚੀ ਨੂੰ ਤਾਂ ਐਂ ਦੀ ਵੀ ਤੂੰ ਬੀਮੇ ਵਾਲਾਂਗਾ ਉਹ ਮੈਂ ਕਿਹੜੇ ਪਾਸੋਂ ਤੈਨੂੰ ਏਜੰਟ ਲੱਗਦਾ ਚਾਚਾ ਯਾਰਾ ਉਹਦਾ ਵਿਚਾਰੀ ਮੈਨੂੰ ਐਂ ਦਿਮਾਗ ਤੇ ਇੱਜ਼ਤ ਜੀ ਕਰਦੀ ਆ ਵੀ ਪਹਿਲਾਂ ਦੇਣਾ ਉਹ ਚੱਲ ਇੱਜ਼ਤ ਨੂੰ ਛੱਡ ਮੇਰੀ ਗੱਲ ਸੁਣ ਮੈਂ ਪਰਲੇ ਖੇਤ ਗੇੜਾ ਮਾਰ ਕੇ ਆਉਣਾਗਾ ਮੀਂਹ ਆਇਆ ਮਹਾਗ ਦੇ ਪਾਣੀ ਪੂਣੀ ਟੁੱਟ ਗਿਆ ਹੋਵੇ ਕੋਈ ਨਹੀਂ ਕੋਈ ਜਾਇਆ ਤੂੰ ਐਂ ਕਰੇ ਨੇ ਕੱਖ ਵੱਢ ਲਓ ਰੇ ਚਰੀ ਕੱਖ ਵੱਢਣ ਵਾਲੇ ਪੈਣਾ ਜੇ ਹਾਂ ਮੈਂ ਰੇੜਾ ਲੈ ਕੇ ਆਉਂਗਾ ਫਿਰ ਲੱਦ ਕੇ ਲੈ ਜਾਾਂਗੇ ਫਿਰ ਆਪਾਂ ਚੱਲ ਕੋਈ ਨਹੀਂ ਮੈਂ ਵੱਢ ਲੂੰ ਤੂੰ ਜਾਇਆ ਹਾਂ ਵੱਢ ਲਈ ਕਰਾਂ ਹਿੰਮਤ ਨਾਲ ਕੋਈ ਨਹੀਂ ਵੱਢ ਲੂੰ ਮੈਂ ਚੱਲ ਵਧੀਆ ਤਾਂ ਉੱਚੜਿਆ ਦੇਖਦਾ ਕੱਖ ਉੱਕ ਜੇ ਵੱਢ ਲਾਂਗੇ ਲੈ ਮੇਰਾ ਸਾਲਕਣਾ ਆ ਪਿਆ ਗਾ ਉਰੇ ਲੱਤਾਂ ਚੌੜੀਆਂ ਕਰੀ ਮੈਂ ਉੱਥੇ ਵਾਢੇ 'ਚ ਦੇਖ ਕੇ ਆਇਆ ਮੈਂ ਚਰੀ ਵੜਤੀ ਹੋਣੀ ਚੱਲ ਚੱਕ ਲਿਆਉਣੇ ਆਗੇ ਆਹ ਦੇਖ ਮੇਰਾ ਸਾਲਾ ਕਿਵੇਂ ਪਿਆ ਗਾ ਦੇਖ ਤਾਂ ਸਹੀ ਮੇਰੇ ਸਾਲ ਨੇ ਕਿਵੇਂ ਲੱਗਿਆ ਖਰਾੜੇ ਮਾਰਨਾ ਓਏ ਓ ਕੀ ਹੋ ਰਿਹਾ ਚਾਚਾ ਤੈਨੂੰ ਓਏ ਨਾ ਕੀ ਹੋਣ ਨੂੰ ਮੇਰਾ ਸਾਲਾ ਕੋਈ ਤੂੰ ਉਰੇ ਤੈਨੂੰ ਸੌਣ ਵਾਸਤੇ ਲਿਆਂਦਾ ਉਰੇ ਉਹ ਫਿਰ ਕੀ ਹੋ ਗਿਆ 10 ਮਿੰਟ ਪੈ ਗਿਆ ਯਾਰ ਤੂੰ ਲੱਤਾਂ ਮਰ ਜਾਣਾ ਉਈ 10 ਮਿੰਟ ਪੈ ਗਿਆ ਨਾਲੇ ਹੋਰ ਪੈ ਗਿਆ ਤੈਨੂੰ ਕਹਿੰਦੀ ਚਰੀ ਵੱਢ ਲਈ ਉੱਥੇ ਵੱਢ 'ਚ ਮੈਂ ਉੱਥੇ ਗਿਆ ਚਰੀ ਦੇ ਇੱਕ ਥੱਬਾ ਨਹੀਂ ਵੱਢਿਆ ਮੈਂ ਹਾਂ ਵੱਢ ਲਈ ਚਰੀ ਬਈ ਆਪਾਂ ਤੋਂ ਨਹੀਂ ਵੱਢੀ ਜਾਂਦੀ ਚਰੀ ਚਰੀ ਆਪਦਾ ਸੰਨੀਰ ਲਾ ਦੇ ਉਹਦੇ ਮੱਛਰ ਚਿੱਤਰ ਖਾ ਗਿਆ ਮੇਰੇ ਉਹ ਚਿੱਤਰ ਖਾ ਗਿਆ ਮੇਰਾ ਸਾਲੇ ਸੰਨੀ 1000 ਰੁਪਏ ਨੂੰ ਹੋਰੇ ਕਮੰਟਲ ਤੂੜੀ ਸੰਨੀ ਕਿੱਥੋਂ ਲਾਦਾ ਮੈਂ ਨਾਲੇ ਉਹਦਾ ਕੀ ਕਰਾਂਗੇ ਢੀ ਨਹੀਂ ਬੀਜ ਰੱਖੀ ਹੈਗੀ 1000 ਰੁਪਿਆ ਬੰਦੇ ਦੇ ਉੱਤੋਂ ਦੀ ਤਾਂ ਨਹੀਂ ਹੈਗਾ ਮੈਨੂੰ ਨਹੀਂ ਪਤਾ ਡਿੱਗੀ ਪਈ ਆ ਉਧਰੀ ਉਹ ਡਿੱਗੀ ਤਾਂ ਹੁਣ ਸਾਰਿਆਂ ਦੀ ਡਿੱਗੀ ਆਪਣੀ ਕਿਹੜਾ ਕੱਲਿਆਂ ਦੀ ਡਿੱਗੀ ਹੈ ਕਿਉਂਕਿ ਤਾਂ ਮੀਂਹ ਨਾਲ ਡਿੱਗ ਪਈ ਉਹਦੇ ਨੇਰੀ ਆ ਗਈ ਗੋਡੇ ਗੋਡੇ ਪਾਣੀ ਖੜਾ 4000 ਜੇ ਮੈਥੋਂ ਨਹੀਂ ਵੱਢੀ ਜਾਂਦੀ ਹੈਗੀ ਉਹ ਯਾਰ ਫਿਰ ਹੋਰ ਤੈਨੂੰ ਹੋਰ ਕਾਹਦੇ ਵਾਸਤੇ ਲਿਆਂਦਾ ਜੇ ਤੂੰ ਚਰੀ ਨਹੀਂ ਵੱਢੀ ਜਾਂਦੀ ਗੀ ਮੈਂ ਹੋਰ ਇੱਧਰ ਉੱਧਰ ਦਾ ਕੰਮ ਕਰਦਿਆ ਕਰੂੰਗਾ ਇੱਧਰ ਉੱਧਰ ਨੂੰ ਮੇਰਾ ਸਾਲਾ ਉਰੇ ਝਾੜੂ ਪੋਚਾ ਕਰਨਾਗਾ ਉਹ ਯਾਰ ਆਹ ਜੀਰੀ ਜੂਰੀ 'ਚ ਪਾਣੀ ਪੂਣੀ ਮੈਂ ਉਹ ਕਰਦਿਆ ਕਰੂੰਗਾ ਚਰੀ ਚੁਰੀ ਨਹੀਂ ਵੱਢੀ ਜਾਂਦੀ ਉਹ ਯਾਰ ਇਹਦਾ ਚਰੀ ਤਾਂ ਵੱਢਣੀ ਪਊਗੀ ਤੈਨੂੰ ਹੋਰ ਕੌਣ ਵੱਢੂਗਾ ਚਰੀ ਯਾਰ ਕਮਾਲ ਕਰਦਾ ਤੂੰ ਤੈਨੂੰ ਪੈਸੇ ਦੱਸ ਕਾਹਦੇ ਵਾਸਤੇ ਦਿੱਤੇ ਨੇਗੇ ਨਾ ਤੂੰ ਕੁਛ ਮੈਨੂੰ ਖਾਣ ਨੂੰ ਦਿੱਤਾ ਤੈਨੂੰ ਕਿਹਾ ਦੀ ਤੜਕੇ ਦਿਖਵਾ ਦੇ ਪੂਰਾ ਖਾਣ ਨੂੰ ਜਦੋਂ ਕੋਈ ਟਾਈਮ ਹੋਊ ਮਾੜਾ ਮੋਟਾ ਦੇ ਦੂੰਦਾ ਤੈਨੂੰ ਮੈਂ ਉਹ ਯਾਰ ਤੂੰ ਤਾਂ ਟਾਈਮ ਤੇ ਦੇਗਾ ਉੱਥੇ ਮੱਛਰ ਦਾ ਮੇਰੇ ਹੁਣ ਡਰਦਾਗਾ ਉਹ ਮੱਛਰ ਫੇਰ ਕੀ ਹੋ ਗਿਆ ਮੈਂ ਤੈਨੂੰ ਕਰੀਮ ਜਿ ਲਿਆ ਕੇ ਤੂੰ ਕੰਜਰ ਦੇ ਉਹ ਲਾ ਲਈ ਚਿੱਤਰਾਂ ਦੇ ਲਾ ਲਈ ਨਾਲੇ ਲੱਤਾਂ ਮਹਾਂ ਤੇ ਲਾ ਲਈ ਜਦੋਂ ਲੈਂਗਾ ਉਦੋਂ ਦੇਖੀ ਜਾਊਗੀ ਮੇਰਾ ਤਾਂ ਹੁਣ ਹੀਲਾ ਕਰ ਫਿਰ ਕੋਈ ਆਏ ਨਹੀਂ ਵੱਡੀਆਂ ਦੀ ਜਿਹੜੀ ਓਏ ਆ ਜਾ ਮੇਰਾ ਸ਼ੇਰ ਆ ਜਾ ਬੜਾ ਕੇ ਲੈ ਮੇਰੇ ਨਾਲ ਚਰੀ ਯਾਰ ਆ ਜਾ ਫਿਰ ਮੇਰੇ ਨਾਲ ਬਣਾਉਣੀ ਪੂ ਕੰਜਰ ਦਾ ਮੈਂ ਤੇਤੋਂ ਬਿਨਾਂ ਉਹੀ ਨਹੀਂ ਚੰਗਾ ਦੀਗਾ ਜੇ ਨਾਲ ਹੀ ਬਣਾਉਣੀ ਜੀ ਮੈਂ ਫਿਰ ਨਾ ਨਾ ਫਿਰ ਜੇ ਬੜਾਏਗਾ ਤਾਂ ਨਾਲ ਬੜਾ ਲਾਣੀ ਆ ਆਪਣਾ ਚੱਲਿਆ ਆਪਾਂ ਤਾਂ ਫਿਰ ਓ ਚਲ ਆ ਜਾ ਯਾਰ ਬੜਾ ਦੂੰਗਾ ਮੈਂ ਚਲ ਹਾਂ ਨਾਲ ਬੜਾ ਮੇਰੇ ਮਾੜਾ ਦਾ ਬੰਦਾ ਵੀ ਨਾ ਮਿਲੇ ਕੋਈ ਯਾਰ ਨੌਕਰ ਉਹ ਜਾਤਾ ਉੱਠ ਓ ਹਾਂ ਕੀ ਹੋ ਗਿਆ ਬਹਿ ਜਾ ਕੀ ਹੋ ਗਿਆ ਕੀ ਹੈਗਾ ਹੱਥ ਜਾ ਹੋ ਰਿਹਾਗਾ ਲੈ ਮੇਰਾ ਸਮਾਨ ਜਾ ਦੇਣ ਦਾ ਮੈਨੂੰ ਸਮਾਨ ਕੁੜੀ ਜੋ ਤੈਨੂੰ ਤੜਕੀ ਦਾ ਦਿੱਤਾ ਕਰ ਦੋ ਇਹਨਾਂ ਦਾ ਭੁੱਕੜ ਖਾ ਕੇ ਹਲੇ ਤੈਨੂੰ ਹੋਰ ਸਮਾਨ ਚਾਹੀਦਾ ਹੋਵੇ ਉਹਦਾ ਤੜਕੇ ਵਾਲਾ ਦੀ ਹੱਥ ਵਾਲਾ ਜਗਾੜ ਬੂਆ ਜਾਂ ਕਹਿੰਦਾ ਦੀ ਪਊਆ ਦਾ ਯਾਰ ਪੈਗ ਦਾ ਤਾਂ ਔਖਾ ਬਈ ਪੈਗ ਤਾਂ ਨਹੀਂ ਦੇ ਸਕਦੇ ਦੇਖ ਕਿਉਂ ਪੈਗ ਦਾ ਕਿਉਂ ਔਖਾ ਯਾਰ ਉਹ ਤਾਂ ਤੂੰ ਸਾਰਾ ਕੁਝ ਮੰਨਦਾ ਦੀ ਓਏ ਉਦੋਂ ਗੱਲ ਹੋਰ ਤੀ ਕਿਉਂ ਉਦੋਂ ਕੀ ਗੱਲ ਹੋਰ ਤੀ ਯਾਰ ਹੁਣ ਕੀ ਬਿੱਲੀ ਸਿੱਖ ਗਈ ਓਏ ਉਦੋਂ ਦਾ ਮੈਂ ਚੱਲ ਤੈਨੂੰ ਕਹਿਤਾ ਮਹਾ ਦੇ ਦਾਂਗੇ ਪੈਗ ਬਈ ਉਹ ਹੁਣ ਤੈਨੂੰ ਪਤਾ ਸਾਡੇ 2-3 ਸਾਲ ਹੋ ਗਏ ਨਿਆਣਾ ਨਿੱਕਾ ਜਿਹਾ ਨਹੀਂ ਹੁੰਦਾ ਹੈਗਾ ਤੇਰੀ ਚਾਚੀ ਦੇ ਤਾਗਾ ਪਵਾਇਆ ਹੋਇਆਗਾ ਉਹਦੇ ਕਰਕੇ ਬੰਦ ਸਾਡੇ ਦਾ ਘਰੇ ਵੜਦੀ ਨਹੀਂ ਹੈਗੀ ਦਾਰੂ ਉਹ ਚੱਲ ਤੁਹਾਡੇ ਘਰੇ ਨਹੀਂ ਵੜਦੀ ਯਾਰ ਮੈਂ ਬਾਹਰ ਪੀ ਲਿਆ ਕਰੂੰਗਾ ਓਏ ਨਾ ਨਾ ਦਾਰੂ ਅਸੀਂ ਦਿੰਦੇ ਨਹੀਂ ਕਿਸੇ ਨੂੰ ਯਾਰ ਉਹ ਚੱਲ ਯਾਰ ਦਾਰੂ ਨਹੀਂ ਦਿੰਦਾ ਤੂੰ ਪੈਸੇ ਦੇ ਦੇ ਮੈਨੂੰ ਆਪ ਪੀ ਲੈ ਕੇ ਪੀ ਲੂੰ ਉਹ ਪਤਾ ਕੀ ਆ ਜਿਹੜੇ ਬਾਬੇ ਤੋਂ ਤਾਗਾ ਪਵਾਇਆ ਹੋਇਆਗਾ ਉਹਨੇ ਦਾਰੂ ਵਾਲੇ ਬੰਦੇ ਨੂੰ ਕਿਸੇ ਨੂੰ ਪੈਸੇ ਵੀ ਨਹੀਂ ਦੇਣੇ ਸਿੱਧਾ ਦਾਰੂ ਵਾਸਤੇ ਕਿਸੇ ਨੂੰ ਉਹ ਯਾਰ ਇਹੋ ਜਿਹਾ ਕਿਹੜਾ ਬਾਬਾ ਹੁੰਦਾ ਤੂੰ ਤਾਂ ਉਹੀ ਮਰੀ ਜਾਣਾ ਉਹੀ ਕਿਉਂ ਮਰੀ ਜਾਣਾ ਯਾਰ ਤੇਰੀਆਂ ਗਲਤ ਗੱਲਾਂ ਨੇ ਮੁੱਕਰ ਦੇ ਦਿੰਦਾ ਦਾਰੂ ਹੁਣ ਜਦੋਂ ਤਾਗਾ ਪਵਾਇਆ ਹੋਇਆ ਬੰਦ ਕਰੇ ਹੋਏ ਹੁਣ ਨਹੀਂ ਦੇ ਸਕਦੇ ਹੈਗੇ ਹੁਣ ਤੇਰਾ ਜਵਾਬ ਆ
जवाब मेरा कड़ा यार तेन जी करता जवाब देने मजबूरिया ने गिया बिस्की रात पा बुगला लदी रोज का काम है ता कोई पहली बारी पी है क्यों भाभी झूठ बोल दी है बेचारा भी नहीं पींदा न्याणे निक्के जे करके साडे घरे बड़दी नहीं हैगी मैं तेनू किन्ने कहता कोई ना चाचा मेरे ते स्कीमा है तेन मैं दसू केड़े भाव विकदी है देखी चल हूं बनता की अगे अगे सत श्रीकाल जी सारयां नूं आस करदा ठीक होवोंगे जिहड़ी वीडियो तुसीं हुणे हुणे देख के हटे होंगे वीडियो नूं लाइक जरूर करो शेयर जरूर करो ते कमेंट करके दस्या करो वीडियो किवें दी लगी हैगी ते तुहानूं अग्गे सुझाव भी दिया करो कि अग्गे किहड़े टॉपिक ते वीडियो लैके आईए ते बई बण के इक वीडियो नूं शेयर जरूर कर दिया करो देख के ते लाइक करना ना भुल्लिया करो कमेंट तां तुसीं करना ही करना हैगा ते शेयर करना ना भुल्लिया करो बई बण के वीडियो नूं वध तों वध शेयर करिया करो तुहाडी सपोर्ट दी बहुत लोड़ हैगी सो बई बन के जिहड़े हाले साडे चैनल ते नवे आए ने जिन्हां ने चैनल सबसक्राइब नहीं किया चैनल नूं सबसक्राइब जरूर करो धन्यवाद जी।